ਹਾਂਜੀ ਯਾਰ, ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰਦੇ ਠੀਕ ਠਾਕ ਹੋ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਅਤੇ ਲਓ ਜੀ, ਅੱਜ ਦਾ ਦਿਨ ਹੈਗਾ ਪੂਰਾ ਵਧੀਆ ਚੜਿਆ ਵਿਆ, ਧੁੱਪ ਧੱਪ ਨਿਕਲੀ ਵੀ ਐਂ ਤਾਂ ਥੋੜ੍ਹੀ ਜੀ। ਆਹ ਦੇਖੋ ਬੋਰੀਆਂ ਬਾਰੀਆਂ ਮੈਂ ਵੀ ਚੱਕਦੀਆਂ, ਅਤੇ ਇੱਕ ਕੱਲ੍ਹ ਜਗਰੂਪ ਬਾਈ ਅਤੇ ਸੰਘਾ ਬਾਈ ਆਏ ਸੀਗੇ, ਉਹਨਾਂ ਨੇ ਕੀਤੀ ਕਬੂਤਰੀ ਸੰਘੇ ਨੇ ਗਿਫਟ ਆਪਾਂ ਨੂੰ, ਉਹ ਤੁਹਾਨੂੰ ਦਿਖਾਉਣਾ ਕਿ ਛੋਟਾ ਜਿਹਾ ਕੰਮ ਕਰ ਲਾਂ ਮੈਂ। ਲਓ ਜੀ, ਹੁਣ ਲਿਆਉਂਦੇ ਕਬੂਤਰੀ ਨੂੰ ਬਾਹਰ, ਪਹਿਲਾਂ ਤੁਹਾਨੂੰ ਇੱਥੇ ਅੰਦਰ ਹੀ ਦਿਖਾ ਦਿੰਦਾ। ਇਹ ਕੁਰਸੀ ਆਪਾਂ ਰੱਖ ਲੈਂਦੇ, ਇੱਧਰ ਕਬੂਤਰੀ ਲੈਂਦੇ ਹਾਂ ਫੜ, ਅਤੇ ਬੱਚਾ ਵੀ ਦੇਖੋ ਕਿੱਡਾ ਹੋ ਗਿਆ, ਇਹਨੂੰ ਆਪਾਂ ਛੇਤੀ ਨਹੀਂ ਚੱਕਦੇ। ਬਲੈਕ ਹੀ ਆ, ਸੱਚ ਤੁਹਾਨੂੰ ਮੈਂ ਦੱਸ ਦੇਣਾ, ਥੱਲੇ ਲਿਆਏ ਇਹਦਾ ਯਾਰ ਝੋਰਾ ਖਾ ਗਿਆ ਇਹਨੂੰ ਆਪਣੇ ਤੋਂ ਬਗੈਰ, ਵਿਚਾਰਾ ਸੁੱਕਣ ਲੱਗ ਗਿਆ, ਤਾਂ ਹੀ ਕਰਕੇ ਆਪਾਂ ਥੱਲੇ ਲਿਆਏ। ਊਂ ਐਕਟਿਵ ਆ, ਹੋਇਆ ਕੁਛ ਨਹੀਂ, ਊਂ ਮਤਲਬ ਕਿ ਵੇਟ ਇਹਦਾ ਥੋੜ੍ਹਾ ਜਿਹਾ ਘੱਟ ਹੋ ਗਿਆ, ਲੂਜ਼ ਹੋ ਗਿਆ, ਅਤੇ ਇਹਨੂੰ ਹੁਣ ਆਪਾਂ ਇੱਥੇ ਖੁਰਾਕ ਖਰੂਕ ਦਿਆ ਕਰਾਂਗੇ ਯਾਰ, ਜੀ ਨਹੀਂ ਲਾਇਆ ਇਹਦੇ ਨਾਲ, ਛੱਡ ਦਿਆ ਕਰਾਂਗੇ ਇੱਥੇ, ਇੱਥੇ ਇਹਨੇ ਖੁਰਾਕ ਵੀ ਖਾ ਲਿਆ ਕਰੂ। ਆਹਦੇ ਆਹ ਦਿੱਤੀ ਹੈ ਕਬੂਤਰੀ ਸੰਘੇ ਨੇ, ਕਢਾਵਾਂਗੇ ਇਹਦੇ ਬੱਚੇ ਬੁੱਚੇ, ਅਤੇ ਜੋੜੀ ਵੀ ਦੱਸ ਗਏ ਬਾਈ ਅਤੇ ਸੰਘਾ ਇਹ ਦੋਨੇ ਜਗਰੂਪ ਬਾਈ। ਦਿਖਾਉਣਾ ਤੁਹਾਨੂੰ, ਆਹ ਦੇਖੋ ਇਹ ਆਲੋ, ਠੀਕ ਹੈ ਜੀ, ਖੱਟੀਆਂ ਅੱਖਾਂ ਦੀ ਆ, ਡੈਣੀ ਆ, ਕਬੂਤਰੀ ਪੂਰੀ ਸੁਨੱਖੀ ਆ। ਹੁਣ ਮੈਂ ਦੇਖਦਾ ਇੱਥੇ ਕਦੇ ਕੈਮਰਾ ਰੱਖ ਕੇ ਤੁਹਾਨੂੰ ਇਹਦੇ ਫਰ ਫੁਰ ਵੀ ਦਿਖਾਉਣਾ, ਬਾਕੀ ਦੇਖ ਲਓ ਅੱਖ ਉੱਖ। ਓਕੇ ਜੀ, ਅਤੇ ਵੀਡੀਓ ਪਹੁੰਚਾ ਥੋੜ੍ਹਾ ਜਿਹਾ ਹੋ ਗਏ ਲੇਟ ਆਪਾਂ, ਕਿਉਂਕਿ ਯਾਰ ਮੈਨੂੰ ਨਾ ਸਵੇਰੇ ਥੋੜ੍ਹਾ ਜਿਹਾ ਸੀਗਾ ਕੰਮ, ਇੱਥੇ ਰੱਖਦਾ ਆਲੋ ਜੀ। ਕੈਮਰਾ ਟਿਕਾ ਲਿਆ, ਹੋ ਸਕਦਾ ਤੁਹਾਨੂੰ ਕਲੀਅਰ ਦਿਖਦੀ ਹੋਵੇ, ਨਾ ਹੋਇਆ ਜਦੋਂ ਮਤਲਬ ਕੱਲ੍ਹ ਕੁੱਲ ਵਾਲੇ ਵਲੋਗ 'ਚ ਦੁਬਾਰਾ ਦਿਖਾ ਦਾਂਗੇ। ਇੱਧਰ ਆਹ, ਅਤੇ ਇੱਧਰ ਕੁਛ ਨਹੀਂ ਲੱਗਿਆ, ਆ ਫਰ ਫੁਰ ਚੈੱਕ ਕਰ ਲਓ, ਬਾਕੀ ਇਹੋ ਜੀ ਆ, ਠੀਕ ਆ ਜੀ, ਆਲੋ ਖੱਟੀਆਂ ਅੱਖਾਂ ਦੀ ਆ ਅਤੇ ਕਾਲੀ ਨੋਕ ਦੀ ਚੁੰਝ ਬਹੁਤ ਤਿੱਖੀ ਆ, ਰਿੰਗ ਦੇਖੋ ਛੋਟਾ ਜਿਹਾ ਘੈਂਟ ਆ ਪੂਰੀ ਦੇਖੋ, ਠੀਕ ਹੈ ਜੀ। ਅਤੇ ਆਪਾਂ ਉਸ ਦੇ ਖੰਭ ਖੰਭ ਵੀ ਗਿਣ ਲੈਂਦੇ, ਬਾਕੀ ਤੁਹਾਨੂੰ ਪੰਜੇ ਪੁੰਜੇ ਵੀ ਦਿਖਾ ਦਿੰਦੇ ਹਾਂ, ਕਾਲੇ ਪੰਜੇ ਆ ਸਾਰੇ ਅਤੇ ਲਾਲ ਪੈਰ ਆ, ਆਲੋ ਓਕੇ ਰਿਪੋਰਟਾਂ। ਹੁਣ ਖੰਭ ਵੀ ਗਿਣ ਲੈਂਦੇ ਪੂਛ ਦੇ, ਵੈਸੇ ਤਾਂ ਝਾੜੇ 'ਚ ਕਬੂਤਰੀ ਆ, ਖੰਭ ਤਾਂ ਕੀ ਕਹਿੰਦੇ ਆ, ਉੱਡਣੀ ਆ ਕਬੂਤਰੀ, ਬਾਜੀ ਬੂਜੀ ਛੱਡਣੀ ਸੀ, ਕਹਾਣੀ ਛੱਡੀ, ਪਤਾ ਨਹੀਂ ਯਾਰ ਇਹ ਕਹਾਣੀ ਆਪਾਂ ਜਗਰੂਪ ਬਾਈ ਤੋਂ ਦੁਬਾਰਾ ਪੁੱਛ ਲਾਂਗੇ। ਇਹਨੂੰ ਪਾ ਦਿੰਦੇ ਉੱਥੇ ਅੰਦਰ ਹੀ, ਚੱਲ ਵੀ ਅਤੇ ਫੀੜੇ ਨੂੰ ਰੱਖੀ ਵੀ ਆ, ਅਤੇ ਬਾਕੀ ਲੰਡੇ ਹੁਣ ਇੱਧਰ ਇੱਕ ਆਂਡਾ ਧਰਿਆ ਸੀ, ਦੂਜਾ ਕਬੂਤਰੀ ਉਹਦੀ ਬੈਠੀ ਆ, ਧਰ ਲੈਣਗੇ ਅੱਜ ਦੂਜਾ ਵੀ। ਹੁਣ ਉੱਪਰ ਚੱਲਦੇ ਤੁਹਾਨੂੰ ਤਾਂ ਵਾਲੀ ਪ੍ਰੋਸੈਸਿੰਗ ਦਿਖਾਉਣਾ, ਅਤੇ ਫੀਡ ਆਪਾਂ ਲੈ ਚੱਲਦੇ, ਨਾਲੇ ਦਵਾਈ ਲੈ ਚੱਲਦੇ, ਕੁਝ ਕੱਚੀਆਂ ਚੱਲ ਕੇ ਭਰਦੇ ਹਾਂ ਉਹਨਾਂ ਦੀਆਂ। ਪੱਲੀਆਂ ਪੁੱਲੀਆਂ ਅਤੇ ਬੱਚਾ ਵੀ ਤੁਹਾਨੂੰ ਉਹਦੇ ਲਈ ਖੁੱਡੇ 'ਚ ਮੈਂ ਦਿਖਾਉਂਦਾ, ਇੱਦਾਂ ਕੁਛ ਹੋ ਗਿਆ ਜਿਹੜਾ ਉੱਧਰ ਕੱਢਿਆ ਸੀ, ਅਤੇ ਇੱਧਰ ਕੁਛ ਮਿੱਟੀ ਛੱਡਦੀ ਸੀ ਕੱਲ੍ਹ, ਆ ਦੇਖੋ ਹੁਣ ਖੁੱਡਾ ਸੁੱਕਾ ਨਾ ਘੈਂਟ ਆ। ਹੁਣ ਇਹਨਾਂ ਨੂੰ ਥੱਲੇ ਇੱਥੇ ਪਾ ਦਿੰਦੇ, ਇੱਥੇ ਰੇਖਾ ਖਿੱਚ ਦਿੰਦੇ ਆ, ਪਾ ਲਓ ਖਾ ਲਓ ਵੀ ਮਿੱਤਰੋ, ਚਲੋ ਜੀ ਖਾਈ ਜਾਣਗੇ ਆਪੇ। ਇੱਧਰ ਐਵੇਂ ਮਿੱਟੀ ਬਾਹਰ ਕੱਢਤੀ ਗਿੱਲੀ ਜਿਹੜੀ ਸੀ, ਬਾਕੀ ਸਾਰੀ ਖਰਾਬ ਹੈ, ਇਹਨਾਂ ਨੂੰ ਇੱਕ ਸਾਈਡ 'ਤੇ ਚੱਕੋ ਜੀ। ਹਾਂ ਇਹਨੇ ਆ ਗਿਆ, ਉਹਦਾ ਪਿਆਮੀ ਮੋਜੀ ਦਾ ਵਿਖਾ ਕੇ ਲੈ ਗਿਆ। ਸਤਿ ਸ਼੍ਰੀ ਅਕਾਲ ਜੀ, ਬਸ ਠੀਕ ਹੈ।
ਇੱਕ ਸੱਚ ਤੁਹਾਨੂੰ ਗੱਲ ਵੀ ਮਿੱਤਰੋਂ ਦੱਸਣੀ ਇੱਕ ਮਿੰਟ ਪਹਿਲਾਂ ਦੱਸੋ ਜੀ, ਇੱਧਰ ਹੀ ਬੱਚਾ ਦਿਖਾ ਦੇ, ਦੱਸੋ ਪਹਿਲਾਂ ਦੂਜਾ ਨਹੀਂ ਕੱਢਿਆ ਹੈਗਾ, ਕਿੱਧਰ ਗਿਆ ਹੈਗਾ? ਤੁਹਾਨੂੰ ਮੈਂ ਗੱਲ ਦੱਸਦਾ ਨੁੰਨਾ ਬਾਈ, ਇੱਧਰ ਦੇਖੋ ਚਪਲਾਂ ਲਾ ਕੇ ਖੁੱਡੇ ਜਵਾਰੇ ਵਾਲੇ ਲਿਆ ਸੀਗਾ, ਇਹ ਕੱਲ੍ਹ ਦਾ ਇਹਨੇ ਇਹ ਪ੍ਰਣ ਲਿਆ ਵਿਆ, ਇਹ ਕਹਿੰਦਾ ਵੀ ਧੋ ਕੁਜੀਆਂ ਓਏ ਲਿਆ ਇੱਧਰ ਲਿਆ ਸੁੱਕੇ ਥਾਂ ਗਿਆ, ਚੱਲ ਕੋਈ ਨਾ ਨਹੀਂ ਉਹ ਕਹਿੰਦਾ ਹੈਗੀ ਉਹਦੀ ਸੈਟਅਪ, ਹਾਂ ਸੈਟਅਪ ਆ ਹੈਗਾ, ਸੈਟਅਪ ਕੋਈ ਚੱਕਰ ਸੈਟਅਪ ਤਕੜਾ ਆ ਕਹਿੰਦਾ ਤਕੜਾ ਕੋਈ ਚੱਕਰ ਨਹੀਂ, ਫਿਰ ਮੈਂ ਕਿਹਾ ਫਿਰ ਕੋਟ ਪੈਂਟ ਮੈਨੂੰ ਸਮਾਉਣ ਦੇ, ਹਾਂ ਤੇ ਤੇਰੀ ਬਰਾਤ ਜਾ ਬਣਾਂਗੇ, ਕਿਹਦਾ ਸਮਾਲੀ ਵਿਆਹ ਤੇ ਜਾਣਾ ਤੋ ਕਦੇ ਤੇਰੀ ਬਰਾਤ ਜਾ ਬਣਾਂਗੇ, ਮੈਂ ਤਾਂ ਆਖਦਾ ਬਹੁਤ ਕਮਲੇ 90 ਦੇ ਜਾਮੇ ਦੇ ਵਾਂਗੂ ਏਰੀਏ 'ਚ ਬਹਿਣ, ਉਹ ਸੱਚ ਨੁੰਨਾ ਤੂੰ ਆ ਗਿਆ ਯਾਰ, ਉਹ ਕੂਤਰੀ ਨਾ ਆਪਾਂ ਚੰਗੀ ਤਰ੍ਹਾਂ ਫਰ ਫੁਰ ਦਿਖਾਉਣੇ ਜਿਹੜੀ ਕੱਲ੍ਹ ਸੰਘਾ ਦੇ ਗਿਆ, ਉਹ ਗਿਆ ਭਰਾਵਾ ਵਹਿਮ ਹੀ ਆ ਤੈਨੂੰ ਗਿਆ, ਆਹ ਲਓ ਜੀ ਖਾਈ ਜਾਂਦੇ ਦਾਣੇ ਦੋਣੇ, 10 ਮਿੰਟ ਕਰਦੇ ਹਾਂ ਗੱਲਾਂ ਬਾਤਾਂ ਨੁੰਨੇ ਨਾਲੇ ਕੁੱਜੀਆਂ ਭਰਦੇ ਹਾਂ, ਪਾਣੀ ਭਰ ਗਿਆ ਚਲਾ ਗਿਆ ਤੈਨੂੰ ਮੈਂ ਪਹਿਲਾਂ ਕਹੀ ਜਾਂਦਾ, ਗਿੱਲੀ ਜੀ ਮਿੱਟੀ ਸਾਰੀ ਬਾਹਰ ਕੱਢਤੀ ਆ ਕਿਉਂਕਿ ਉੱਥੋਂ ਦੀ ਨਾ ਪਾਣੀ ਕੱਲ੍ਹ ਆ ਗਿਆ ਸੀ ਕਾਫੀ, ਮੀਂਹ ਬਹੁਤ ਪਿਆ ਕੱਲ੍ਹ ਟੋਪ ਦਾ ਸਿਰਾ ਹੀ ਕਰਾ ਦੀ ਮੀਂਹ ਨੇ ਤਾਂ, ਉੱਥੋਂ ਹੀ ਕੁੱਜੀਆਂ ਕੀ ਕਰਦਾ ਸੀ ਕਹੋ ਨਹੀਂ ਪੰਦਰਾਂ ਲੈ ਪਾ ਪਾਣੀ, ਥੋੜੀ ਨੂੰ ਉੱਤੇ ਡੁੱਲ ਗਈ ਪੂਰਾ ਦਵਾਈ, ਚੱਲ ਕੋਈ ਚੱਕਰ ਨਹੀਂ ਥੋੜ੍ਹ ਕੋਈ ਚੜ੍ਹਨ ਦੇ, ਓਏ ਬਾਹਰ ਨਹੀਂ ਆਉਣਾ ਭਰਦੇ 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 ਕਰੇ ਮਿੰਟ ਮਾਰ, ਅੱਜ ਗਰਮੀ ਵੀ ਨਾ ਬਹੁਤ ਸੀ ਓਏ, ਥੱਪੇ ਮਾਰਦੇ ਬੱਚੇ ਬੁੱਚੇ ਵੀ ਕੱਢ ਲਓ, ਐਕਸਪੈਰੀਮੈਂਟ ਕਰਨ ਨੂੰ ਫਿਰਦਾ ਵੀ ਕਬੂਤਰ ਆਪਸ ਚ ਦੋਨੇ ਮਿਲੇ ਵੇ ਮੇਲ ਹੀ, ਤੇ ਕਹਿੰਦਾ ਉਹਨਾਂ ਹਲੇ ਆਂਡੇ ਰੱਖ ਕੇ ਦੇਖ ਲੈਣੇ, ਤੇ ਆਂਡੇ ਹੁਣ ਹੈ ਵੀ ਨਹੀਂ ਆਪਣੇ ਕੋਲੇ, ਨਹੀਂ ਉਹ ਨਹੀਂ ਚੱਕਣੇ ਉਹਨਾਂ ਤੋਂ ਕਢਾਉਣੇ, ਹਾਂ ਪਾਲੇ ਜਿਹੜਾ ਅੱਧਾ ਦਾ ਕੱਪ ਹੋਰ ਪੈਂਦਾ, ਕੁੱਜੀਆਂ ਰੱਖਦੇ ਅੰਦਰ ਥੱਲੇ ਚੱਲ ਕੇ ਕੁਦਰੀ ਦੇ ਖੰਭ ਦਿਖਾ, ਅੱਗੇ ਮੈਂ ਦਿਖਾਏ ਆ ਉਹ ਮੇਰੇ ਸਾਹਮਣੇ ਕਲੀਅਰ ਨਹੀਂ ਆਏ, ਮੈਂ ਕਿਹਾ ਬਲਰ ਹੋ ਜਾਂਦੀ ਨਾ ਬਣਾ ਬੰਦੇ ਤੋਂ ਬਹੁਤ, ਉੱਧਰ ਵੀ ਪਾਏ ਹੋ ਜੇ ਪੈਂਦਾ ਤਾਂ ਬਹੁਤ, ਪਾਦੇ 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 ਅੱਧਾ ਕੱਪ, ਕੀ ਹੋ ਗਿਆ ਜਾ ਯਾਰ ਕਮਾਲ ਕਰਤੀ ਤੂੰ ਵੀ, ਚੱਲ ਇੱਥੇ ਦੇ ਢੱਕਣ ਰੱਖ ਦੇ ਵਿੱਚ ਨੂੰ, ਪਾਣੀ ਤਾਂ ਦੇਖਿਆ ਹੋਰ ਪੈਂਦਾ, ਹੁਣ ਰੱਖ ਡੁੱਲੀ ਨਾ ਮਾੜਾ ਲੈਂਟਰ ਦੀ ਰੱਖ ਦੇ ਜਾਂਗਾ, ਮਿੱਟੀ ਦੇ ਨਾਲ ਰੱਖੀ ਰੱਖ ਦੇ, ਚਲੋ ਹੈਂ ਕੀੜੀਆਂ ਹੀ ਬੜੀਆਂ ਯਾਰ, ਉਹ ਇੱਥੇ ਹੈਗੀਆਂ ਖੁੱਡੇ ਖੱਡੇ 'ਤੇ ਯਾਰ, ਆਵੇ ਨਾ ਨਿਕਲਣ, ਆਹ ਦੇਖੋ ਕਿੰਨੀਆਂ ਫਿਰਦੀਆਂ ਮਿੱਟੀ 'ਤੇ ਹੀ ਲੈ, ਇਹ ਆਹ ਦੇ ਫਿਰਦੀਆਂ ਕੰਮ ਕਰਨ ਲੱਗ ਗਏ, ਦੋ ਮੇਰੇ ਵੀ ਲੜ ਗਈਆਂ ਹੁਣ ਲਾਈਏ ਬਾਹਰ ਆਪਾਂ ਥੱਲੇ ਚੱਲ ਗਏ, ਉਹ ਨੂਣ ਤਾਂ ਨਾ ਯਾਰ ਕੰਮ ਖਰਾਬ ਹੀ ਹੋ ਗਿਆ ਤਾਂ ਲਿਬੜ ਗਿਆ ਮਿੱਟੀ ਨਾ, ਚਲੋ ਜੀ ਹੋ ਗਏ ਆਪਾਂ ਇੱਧਰੋਂ ਤਾਂ ਫਰੀ, ਟੈਂਕੀ ਦਾ ਵੀ ਢੱਕਣ ਲਾ ਦੇਵੇ, ਅਤੇ ਬਾਕੀ ਬੱਚਾ ਉੱਧਰ ਦੇਖ ਲੈਣਾ ਤੁਸੀਂ, ਨੁੰਨੇ ਵਿੱਚ ਦਿਖਾਤਾ ਵਾ ਪਜਾਮੀ ਮੋਜੀ ਦਾ ਆਪਣੀ, ਉਹ ਕਤੂਤਾ ਇਹਨੇ ਵੀ ਲਿਆਂਦਾ ਏ ਕਤੂਰਾ ਜਿਹਾ, ਉਹ ਦੇ ਰਿਹਾ ਇਹ ਹੈ ਇਹਨਾਂ ਵਾਲੇ ਨਾਲ ਦਾ ਹੀ ਆ, ਚਲੋ ਜੀ ਥੱਲੇ ਚੱਲਦੇ ਤੁਹਾਨੂੰ ਦਿਖਾਉਂਦੇ ਹਾਂ ਕਬੂਤਰੀ ਚੰਗੀ ਤਰ੍ਹਾਂ, ਲਓ ਜੀ ਥੱਲੇ ਆ ਚੁੱਕੇ ਆਪਾਂ,
ਅਤੇ ਉਹ ਕੂਤਰੀ ਦੇ ਆਂਡੇ ਦੀ ਤਿਆਰੀ ਹੈ, ਇਹ ਨਹੀਂ ਪਤਾ ਧਾਰ ਹੀ ਲਿਆ ਹੋਵੇ, ਹਜੇ ਨਹੀਂ ਧਰਿਆ, ਹਜੇ ਨਹੀਂ ਧਰਿਆ, ਅਤੇ ਲੰਡੇ ਨੇ ਅੱਜ ਦੂਜਾ ਆਂਡਾ ਧਾਰ ਲੈਣਾ, ਇਹਨਾਂ ਦੇ ਬੱਚੇ ਇੱਥੇ ਨਿਕਲ ਆਉਣਗੇ, ਅਤੇ ਆਹ ਕੂਤਰੀ ਦਾ ਪੇਅਰ ਆਪਾਂ ਦੁਬਾਰਾ ਲਾਵਾਂਗੇ, ਅਤੇ ਇਹਦਾ ਵੀ ਪੇਅਰ ਲਾਵਾਂਗੇ, ਉਹ ਦਵਾਈ ਦੱਸ ਗਿਆ ਸੀ ਤਾਂ ਕਬੂਤਰ ਆਪਣੇ ਕੋਲ, ਇਹਦੇ ਵੀ ਆਂਡਾ ਸਿਸਟਮ ਕੋਈ ਨਾ ਕੋਈ ਕਰਾਂਗੇ, ਐਂ ਕਰ, ਇਹ 'ਚ ਮੈਂ ਦਵਾਈ ਪਾਉਣਾ ਵੇ, ਥੋੜ੍ਹੀ ਜਿਹੀ ਪਾ ਦੇ ਲੈ, ਮਾੜਾ ਜਿਹਾ ਪਾ ਦੇ 'ਚ, ਆਪੇ ਕਬੂਤਰੀ ਪੀਊਗੀ, ਪੱਖਾ ਲਾ ਲਾ ਕਰ ਲਈ ਆ, ਅਤੇ ਬੱਚਾ ਵਿੱਚ ਵੜਦਾ ਹੋਣਾ, ਉਹਨੇ ਪਲਟਾ ਦੀ ਮੇਰੇ ਹਿਸਾਬ ਨਾਲ, ਹਾਲੇ ਪਹਿਲਾਂ ਦਾ ਪਾ ਦੇ ਥੋੜ੍ਹਾ ਜਿਹਾ, ਅੱਧਾ ਕੁ, ਅੱਧੇ ਤੋਂ ਵੀ ਅੱਧਾ ਹੀ ਰੱਖੀ ਪੂਰਾ, ਬਹੁਤ 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 ਪਾ ਦੇ, ਉੱਤੋਂ ਦੀ ਪਾਣੀ ਪਾ ਦੇ, ਇਹ ਮੈਂ ਲਾ ਦਿੰਦਾ ਕੋਈ ਚੱਕਰ, ਫੁੱਲ ਕਰਦੇ 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 ਕਰਦੇ, ਓਕੇ ਰਿਪੋਰਟਾਂ, ਆਹ ਲਓ ਜੀ, ਆਹ ਦੇਖ ਲਓ ਕੁਦਰੀ, ਆਹ ਕੋਈ ਹੁਣ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦੇ ਹਾਂ, ਆਹ ਲੂਨਾ ਬਾਈ ਆ ਗਿਆ, ਹੁਣ ਹੈਲਪ ਹੋ ਜੂਗੀ, ਇੱਧਰ ਦਿਖਾ, ਇੱਧਰ ਇੱਧਰ ਕਰਕੇ, ਆਹ ਲਓ ਜੀ, ਆਹ ਅੱਖ ਕੁਦਰੀ ਦੀ, ਅਤੇ ਬਾਕੀ ਖੰਭ ਜੀ ਵੀ ਦਿਖਾ ਦੇ, ਪਰ ਹਾਂ ਚੌੜੇ ਤਿੱਖੇ, ਚੱਲ ਉੱਧਰ ਵੀ ਦਿਖਾ ਦੇ, ਇੱਧਰ ਫੱਟੀ ਆ, ਉੱਧਰ ਫੱਟਾ ਜਿਹਾ ਮਾਰਿਆ ਵਿਚਾਲੇ, ਸਾਫ਼ ਹੋਈ ਜਾਂਦੀ ਬਾਕੀ, ਪੱਠੀ ਬਣੀ ਹੋਈ ਆ ਕੂਤਰੀਓ, ਇਹਨੂੰ ਮਿਲਾਵਾਂਗੇ ਆਪਾਂ, ਕਢਾਵਾਂਗੇ, ਜੇ ਬੱਚੇ ਤੁਹਾਨੂੰ ਬੱਚਿਆਂ ਦਾ ਰਿਜ਼ਲਟ ਵੀ ਦਿਖਾਵਾਂਗੇ, ਆਹ ਪੰਜੇ ਆ, ਠੀਕ ਹੈ ਜੀ, ਹੁਣ ਉਹਨਾਂ ਨੂੰ ਖੁਰਾਕ ਰੱਖ ਦਿੰਦੇ ਆਪਾਂ, ਉਹਨਾਂ ਦੇ ਕੱਢ ਲਿਆ ਕੱਪ ਜੇ ਤਿੰਨਾਂ ਦੇ, ਆਹ ਲਓ ਜੀ, ਤਿੰਨਾਂ ਵਾਲੇ ਇਹਨਾਂ ਦੇ ਕੱਪਾਂ ਦੇ ਵਿੱਚ ਪਾ ਦਈਏ ਆਪਾਂ ਦਵਾਈ ਲਿਫ 52, ਅਤੇ ਇਹ ਵੀ ਆਪਦਾ ਸਿਸਟਮ ਸੈੱਟ ਸੁੱਟ ਕਰ ਲੈਣਗੇ ਇਕੱਲੇ ਜੋੜੇ ਆਪਣੇ, ਅਤੇ ਕਬੂਤਰ ਛੋੜ ਤੁਸੀਂ ਦੇਖਿਆ ਹੋਣਾ, ਜਿਹਨੇ ਨਹੀਂ ਦੇਖਿਆ ਜਾ ਕੇ ਦੇਖ ਸਕਦੇ, ਤੀਸ ਨੂੰ ਆਪਾਂ ਵਾਪਸ ਕਰਤਾ, ਕੱਲ੍ਹ ਉਹ ਕੰਮ 'ਤੇ ਗਿਆ ਹੋਇਆ ਸੀ, ਨਹੀਂ ਤਾਂ ਆਪਾਂ ਵੱਡਾ ਵਲੋਗ ਬਣਾ ਲੈਣਾ ਸੀਗਾ, ਤਾਂ ਕਰਕੇ ਸ਼ਾਮੀ ਕੱਲ੍ਹ ਫਿਰ ਕਰਤਾ ਉਹਨੂੰ ਵਾਪਸ ਆਪਾਂ ਕਬੂਤਰ, ਅਤੇ ਬਾਕੀ ਬਲੈਕ ਹੀ ਇਹਨੂੰ ਵੀ ਦਿੰਦੇ ਦਵਾਈ, ਹੁਣ ਬਾਅਦ 'ਚ ਇਹਨੂੰ ਖੁਰਾਕ ਰੱਖ ਦਾਂਗੇ ਆਪਾਂ, ਇਹਨੂੰ ਵੀ ਦਿੰਦੇ ਹਾਂ, ਉਹ ਲਓ ਜੀ, ਨੂਨਾ ਬਾਈ ਰੱਖੀ ਜਾਂਦਾ ਕੱਪ ਸਾਰਿਆਂ ਦੇ, ਓਕੇ, ਚਲ ਦੂਜਾ, ਅਤੇ ਤੀਜਾ, ਓਕੇ ਰਿਪੋਰਟਾਂ, ਮੜੀ ਪਾਵਰ ਜਿਹਾ ਚੱਕ ਲੈਂਦੇ, ਉਹਨੂੰ ਤਾਂ ਗੇਅਰ ਬਲੈਕ ਗਿਆ, ਵਿਚਾਰਾ ਸੁੱਕਣ ਗਿਆ ਆਪਣਾ, ਸੁੱਕਣ ਲੱਗ ਗਿਆ, ਆਹ ਤਾਂ ਬੈਠਾ ਤੇਰੇ ਸਿਰ 'ਤੇ, ਹਾਂ ਬੋਲਦਾ ਨਹੀਂ ਹੁਣ, ਦੇਖ ਲਾ ਸਾਈਲੈਂਟ ਹੋ ਗਿਆ ਵਿਚਾਰਾ, ਲਿਆ ਇਹਨੂੰ ਟੀ ਦੇ, ਲਓ ਜੀ, ਮੈਂ ਇੱਧਰ ਬਾਂਟੀ ਬਾਈ ਅਤੇ ਪਾਪਾ ਨੋਨਾ ਬਾਈ, ਅਸੀਂ ਹਾਂ ਸੜਕ ਆਪਣੀ ਗਲੀ ਬਣੀ ਜਾਂਦੇ, ਉਹਦੇ ਮਿਸਤਰੀ ਸਾਹਿਬ ਉੱਧਰ ਲੱਗੇ ਪਏ, ਉਹਦੇ ਕੰਮ ਕੁੰਮ ਕਰੀ ਜਾਂਦੇ, ਆਹ ਦੇਖੋ ਸੀਮੈਂਟ, ਹਾਂ 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 ਆਹਦੇ ਪਿਆ ਇੱਧਰ ਬੋਰੀਆਂ ਬਾਰੀਆਂ, ਚਲੋ ਜੀ ਚੱਲਦੇ ਹਾਂ ਉੱਧਰ, ਆ ਗਿਆ ਨੋਨਾ ਬਾਈ ਵੀ ਆਹਦੇ, ਹਾਂ ਆਪਾਂ ਕੀ ਕਰਨਾ ਦੱਸੀ ਮਾੜਾ ਜਿਹਾ, ਛੱਤ ਤੋਂ ਲਾਉਣੇ ਆ ਟੀਨ, ਟੀਨ ਲਾਉਣੀ, ਅੱਛਾ ਖੁੱਡਾ ਚੋਣ ਲਾ ਕੇ ਕਹਿੰਦੇ ਸਹਿਮਦਾ ਮਾੜਾ ਮਾੜਾ, ਚਾਦਰਾਂ ਚਾਦਰਾਂ ਲਾ ਕੇ, ਤੇ ਜਿਹੜੀ ਹੋਈ ਤੂੜੀ ਤੱਕਾ ਜਾਂ ਉਹ ਕੱਢ ਦੇਣਾ, ਉਹ ਚੱਕ ਦੇਣਾ ਥੱਲੇ ਲਾ ਦੇਣਾ ਛੱਤ ਤੋਂ, ਠੀਕ ਆ, ਤਾਂ ਹੀ ਕਰਕੇ ਬੱਕਰਾਂ ਸਾਫ਼ ਕਰਕੇ ਚਾਰ ਵਜੇ, ਬਸ ਠੀਕ ਆ, ਫਿਰ ਘਰ ਨੂੰ ਆਵਾਂਗੇ, ਵੀ ਜਾਣੀ ਤਾਂ ਕੁੱਲ ਮਿਲਾ ਕੇ ਪੱਟ ਪਟਾਈਆ ਕਰਨਾ, ਪੱਟ ਪਟਾਈਆ ਕਰਨਾ ਕਰਨਾ ਕਰਨਾ, ਹੋਰ ਬਾਂਟੀ ਜਾਨਵਰ ਕਿਵੇਂ ਸੈੱਟ ਆ, ਵਜੇ ਆ ਠੰਡ ਮੀਂਹ ਤੋਂ, ਵਧੀਆ ਵਜੇ ਪਏ, ਲਓ ਜੀ ਪਹੁੰਚ ਚੁੱਕੇ ਹਾਂ ਆਪਾਂ, ਚੱਲਦੇ ਹਾਂ ਉੱਪਰ, ਲਓ ਜੀ ਦੋ
ਹਾਂ ਦੋਸਤੋ, ਆਹ ਤੇ ਛਤਰੀ ਦੇ ਜਾਲ ਇੱਧਰ ਲੱਗਿਆ ਵਾ। ਕਿਹੜਾ ਇੱਕ ਨੰਬਰ ਕਿ ਦੋ ਨੰਬਰ ਖੁੱਡਾ? ਨਹੀਂ ਖੁੱਡੇ ਤਾਂ ਆਪਣੇ ਚਾਬੀ ਤੇਰੇ ਕੋਲੇ ਖੋਲ ਫਿਰ ਯਾਰ, ਉਹਨੂੰ ਨਾ ਫੜਾਇਆ ਕਰੋ ਇਹ। ਕੇਰਲੀਆਂ ਦੇ ਘਰ ਬਣਿਆ ਪਿਆ ਤਾਂ ਖੁੱਡਾ ਵਧੀਆ ਵਾ ਬਾਣੀ ਇੱਥੋਂ ਆਹ ਦੇ ਸਿਮਿਆ ਪਿਆ ਵੀ ਉਹਦੇ ਦੋ ਨੰਬਰ। ਆਹੋ ਮਤਲਬ ਡੇਢ ਗੱਠ ਦਾ ਸੀਗਾ ਕੁੜੀ ਆ। ਆਹ ਕਿਹੜੇ ਵਿਚਾਲੇ ਬੱਚੇ ਕੱਢੀ ਬੈਠਾ ਹੋਏ, ਡੱਬਾ ਕਿ ਡੱਬੀ ਆ, ਖੜ ਜਾ ਬਾਹਰ ਖੋਲ ਦੇ ਮਹਿੰਗੀ। ਆਹ ਦੇਖੋ ਜੀ ਬਾਰੀ ਇਹ ਟ੍ਰਾਂਸਪੇਰੈਂਟ ਆ, ਦੂਜਾ ਬਸ ਪੱਲਾ ਹੈਗਾ ਵਾ, ਪੱਲਾ ਹੈਗਾ ਵਾ, ਟ੍ਰਾਂਸਪੇਰੈਂਟ ਦਿਖਦਾ ਨੀ ਗਾ। ਨਹੀਂ ਠੀਕ ਆ ਵੀ ਠੀਕ ਆ, ਓਏ ਹੱਲ ਤਾਂ ਹਜੇ ਵੀ ਹੋਜੂ ਮਾਂਡੀ। ਹਾਂ ਜਾ ਲਿਆ ਚਾਬੀ, ਤਾਂ ਹਟਦੇ ਆ। ਆ ਲਓ ਜੀ ਆਹ ਸਿਸਟਮ ਦੇਖੀ ਪਾਪਾ, ਬੀਅਰ ਦੀਆਂ ਬੋਤਲਾਂ ਵੀ ਇੱਥੇ ਪੀਂਦੇ ਖਾਂਦੇ ਸੀ। ਇੱਕ ਉਹ ਚਾਦਰ ਟੁੱਟਾ ਰਾਹ ਲਿਆ, ਇੱਕ ਆਹ ਦੋ ਨੰਬਰ, ਇੱਕ ਆਹ ਰਹਿ ਗਿਆ ਉੱਧਰ ਬਾਂਟੀ ਬੈਠਾ। ਵੀਰ ਦਿਖਾ ਦੀ ਕਿਹੜਾ ਬ੍ਰਾਂਡ ਆ ਇਹ? ਸੈਂਸੇ ਵਰਗਾ ਪਤਾ ਨਹੀਂ ਕਿਹੜੀ ਆ ਯਾਰ, ਹੋਰ ਹੀ ਇਹਦਾ ਕੋਈ ਬ੍ਰਾਂਡ ਯਾਰ, ਆਹ ਪਤਾ ਨਹੀਂ ਨਾ ਸੁਣਿਆ, ਫੜਖਾਂ ਕੋਈ ਨਾ ਰੱਖਦਾ ਕਿਤੇ ਪਾਣੀ ਪੂਣ ਕੋਈ ਪਾ ਕੇ ਪੀਤਾ ਪਿੱਤਾ ਜਾਂਦਾ। ਚੱਲ ਵੀ ਉਹ ਥੱਲੇ ਵਾਲੀ ਫਾਈਬਰ ਕਾਮ ਜਾ ਪਾ ਲੈ। ਆ ਵੇ ਪਈ ਤੇ ਨਹੀਂ ਨਹੀਂ ਫਾਈਬਰ ਜੀ। ਚੱਲ ਵੀ ਸੈਟ ਹੀ ਲੈਣ, ਸੈਟ ਲਾ ਫਿਰ ਧਿਆਨ ਨਾ ਧਿਆਨ ਨਾ ਕੇਰਾਂ ਲਾ ਕੇ ਤੋੜ ਕੇ ਫਿਰ ਥੱਲੇ ਛੱਤ ਪੈਣ ਪੈ ਜੂਗੀ ਬਹਿਣ ਲਈ। ਹਾਂ ਥੱਲੇ 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 ਮਗਰ ਲਈ ਕਾਂਤੇ ਰੱਖ ਕੇ ਆ ਜਾ। ਆ ਟੋਟਾ ਹੈ ਬਾਹਲਾ ਵਧੀਆ, ਕਈ ਹੈਗੀ ਥੱਲੇ ਕਈ ਹੈ ਕਈ ਲਿਆ। ਹਾਂ ਲਓ ਜੀ ਆ ਬੂਈ ਜੀ ਪਾਈ, ਧਿਆਨ ਰੱਖੀ ਸੱਪ ਸੁੱਪ ਨਾ ਜੇ ਜੋੜਾ ਹੋਇਆ ਰਗੜ ਕੇ ਰੱਖ ਦੂ। ਕੋਈ ਨਾ ਕੋਈ ਨਾ ਕਾਹਲੀ ਦਾ ਕੰਮ ਕੋਈ ਨੀ, ਇੱਥੇ ਬੈਠੇ ਮੋਏ ਨੇ ਖੁੱਡੇ ਤੇ। ਓ ਪਾਪਾ ਉੱਧਰ ਹੀ ਖੜ ਕੇ ਦੇਖ ਰਿਹਾ ਵੀ ਕੀ ਆ ਮਾਹੌਲ। ਬੂਈ ਜੀ ਪਾਈ ਵੀ ਸੀਗੀ ਸਾਰੇ ਕਾਨੇ ਜੇ ਲਾ ਕੇ ਥੱਲੇ ਛੱਡ ਦਿੰਦੇ ਆ, ਸਾਰ ਕਹਿ ਲਓ ਚੱਲ ਘੱਟ ਆ ਘੱਟ ਆ ਯਾਰ ਸਾਰ ਨੇ ਗਾ ਕੱਟਣੀ ਪੂਰੀ ਆ ਅਤੇ ਸਾਰੇ ਨੂੰ ਉੱਥੇ ਥੱਲੇ ਲਾ ਦਿੰਦੇ ਇਹਨੂੰ ਅਤੇ ਉੱਤੇ ਫਿਰ ਦਿੰਦੇ ਹਾਂ ਕਲੀ ਅਤੇ ਤਾਂ ਜੋ ਕਿ ਜੋੜ ਜਾੜ ਜੇ ਜਿੰਨੇ ਵੀ ਆ ਤਰੇੜਾ ਤਰੂੜਾ ਸਭ ਭਰ ਜਾਣਗੀਆਂ, ਬੰਦ ਹੋਜੂ ਪ੍ਰੋਜੈਕਟ। ਫਿਰ ਨਹੀਂ ਹੁਣੇ ਕਲੀ ਮੰਗਾ ਕੇ ਪਰੇ ਕਰ ਯਾਰ। ਇਹਨੂੰ ਧੋ ਕੇ ਪਾਈ, ਇਹਦੇ ਦੋ ਬਾਲਟੀਆਂ ਹੁਣ ਹੋਰ ਮਾਰ। ਆਹ ਫਿਰ ਰੁਕ ਜਾ ਇੱਕ ਦਿਨ ਰੁਕ ਕੇ ਪਾਵਾਂਗੇ ਕੀ ਆ।
ਓਏ ਆਹਾ ਭਰਾ ਪੈ ਪਾ ਵੇ ਤੇਂਗੂ ਆਹੋ ਗੋਮਸ ਕੱਢਣ ਤੋਂ ਸਹੀ ਗੱਲ ਗੋਮਸ ਮੋਮਸ ਕੱਢਦੇ ਕੱਢਦੇ ਮਿੰਟ ਮਾਰੋ ਚਲੋ ਠੀਕ ਹੈ ਜੀ ਇਹ ਇੱਥੇ ਬਲੌਗ ਦਾ ਐਂਡ ਕਰ ਦਿੰਦੇ ਹਾਂ ਉਹਨੇ ਕੈਮਰਾ ਦਾ ਇੱਧਰ ਹੀ ਆ ਭਰਾਵਾ ਐਵੇਂ ਤੁਸੀਂ ਤਾਂ ਯਾਰ ਵਹਿਮ ਹੀ ਪਾਈ ਜਾਂਦੇ ਕੋਈ ਨਾ ਧਵਾ ਦਾਂਗੇ ਪੈਰ ਪੂਰ ਕੱਢਦੇ ਕੰਮ ਉਹ ਬੰਟੀ ਯਾਦ ਆ ਦਾਨੂ ਵਾਲੇ ਜਦੋਂ ਝੋਨੇ 'ਚ ਵੜ ਗਏ ਕਬੂਤਰ ਪਿੱਛੇ ਕੱਦੂ 'ਚ ਬੂਟ ਬਾਟ ਲਾ ਕੇ ਬੰਟੀ 'ਚ ਹਾਂ ਸਹੀ ਗੱਲ ਆ ਨਹੀਂ ਉਹਨੇ ਤਾਂ ਕੁਛ ਨਹੀਂ ਕਿਹਾ ਉਵੇਂ ਵੜ ਗਿਆ ਤੇਰਾ ਯਾਰ ਸਹੀ ਗੱਲ ਆ ਪਰ ਕਬੂਤਰ ਫੇਰ ਨਹੀਂ ਹੱਥ ਆਉਣੇ ਬਹੁਤ ਭਕਾਈ ਕਰਾਈ ਪਾਗਲ ਜਿਹੜੇ